ਪੰਜਾਬ ਮੇਲ ਟੀਵੀ ਯੂ ਐਸ ਏ ਦੇਖ ਰਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੇਜਪਾਲ ਸਿੰਘ ਮਨਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਕੋਲ ਪਹੁੰਚ ਗਏ ਨੇ ਆਪਾਂ ਉਹਨਾਂ ਨੂੰ ਜੀ ਆਇਆਂ ਕਹੀਏ ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼ਕਾਲ ਜੀ ਤੇਜਪਾਲ ਜੀ ਸਤਿ ਸ਼ਕਾਲ ਔਰ ਪੰਜਾਬ ਮੇਲ ਜੁਗਸੀ ਦੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼ਕਾਲ ਸੱਤੀ ਸਾਹਿਬ ਕੀ ਚੱਲ ਰਿਹਾ ਆ ਅੱਜ ਕੱਲ੍ਹ ਭਾਰਤ ਦੇਸ਼ 'ਚ ਪਈ ਕਹਿੰਦੇ ਆ ਜਿਹੜਾ ਹੁਣ ਧੂਆਂ ਹੋ ਰਿਹਾ ਬਹੁਤ ਜ਼ਿਆਦਾ ਜੀ ਇਹ ਸੈਂਟਰਲ ਗਵਰਨਮੈਂਟ ਕੀ ਇਸ ਧੂਏ ਦਾ ਸਾਰਾ ਠੀਕਰਾ ਜਿਹੜਾ ਆ ਉਹ ਕਿਸਾਨਾਂ ਦੇ ਸਿਰ ਪਰ ਨੰਨ ਲੱਗੀ ਹੈ। ਅ ਤੀਸਪਾਲ ਜੀ ਗੱਲ ਇਦਾਂ ਆ ਜੀ। ਭਈ ਆਪਣਾ ਦੇਸ਼ ਖੇਤੀ ਪ੍ਰਧਾਨ ਦੇਸ਼ ਆ। ਬਿਲਕੁਲ। ਮੁਢਲੇ ਤੌਰ ਤੇ ਆਪਾਂ ਖੇਤੀਬਾੜੀ ਜਿਹੜੀ ਆ ਉਹ ਕਰਦੇ ਆ। ਸਾਡਾ ਕਿਤਾ ਮੁਖ ਤੌਰ ਤੇ ਦੇਸ਼ ਦਾ ਐਗਰੀਡੀਅੰਟ ਸਟੇਟ ਹੈਗਾ ਜੇ ਸਮੁੱਚੇ ਦੇਸ਼ ਨੂੰ ਆਪਾਂ ਕਹੀਏ। ਬਿਲਕੁਲ। ਅ ਇੱਥੇ ਜਿਹੜਾ ਕਿਸਾਨ ਹੈ ਜਿਹੜਾ ਖੇਤੀਬਾੜੀ ਕਰਦਾ ਜਾਂ ਉਹਦੇ ਨਾਲ ਜਿਹੜਾ ਮਜ਼ਦੂਰ ਜੁੜਿਆ ਹੋਇਆ ਇਹ ਦੋਵੇਂ ਹੀ ਤੰਗ ਨੇ ਜੀ ਮਜ਼ਦੂਰ ਵੀ ਉਨਾ ਹੀ ਤੰਗ ਹੈ ਜਿੰਨਾ ਕਿਸਾਨ ਤੰਗ ਹੈ ਔਰ ਕਿਸਾਨਾਂ ਦੀ ਜਿਹੜਾ ਬਾਂਹ ਫੜਨ ਵਾਲੀ ਅੱਜ ਤੱਕ ਕੋਈ ਸਰਕਾਰ ਨਹੀਂ ਆਈ ਨਹੀਂ ਜੈ ਜਵਾਨ ਜੈ ਕਿਸਾਨ ਦੇ ਨਾਰੇ ਵੀ ਲੱਗੇ ਇੱਥੇ ਲਾਲ ਬਹਾਦਰ ਸ਼ਾਸਤਰੀ ਹੋਰੀ ਕਹਿੰਦੇ ਸੀ ਕਿ ਇੱਕ ਦਿਨ ਤੁਸੀਂ ਵਰਤ ਰੱਖੋ ਠੀਕ ਹੈ ਦੇਸ਼ ਨੂੰ ਜਦੋਂ ਕਣਕ ਦਾ ਕਾਲ ਪੈ ਗਿਆ ਅਮਰੀਕਾ ਤੋਂ ਮੰਗਵੋਣੀ ਪਈ ਠੀਕ ਹੈ ਫਿਰ ਤਾਸ਼ਕੰਦ ਸਮਝੌਤੇ ਹੁੰਦੇ ਉਹਨਾਂ ਗੱਲਾਂ 'ਚ ਆਪਾਂ ਨਹੀਂ ਪੈਂਦੇ ਬਿਲਕੁਲ ਅੱਜ ਦੇਸ਼ ਦਾ ਕਿਸਾਨ ਹੀ ਸੜਕਾਂ ਤੇ ਆਂ ਅੰਦੋਲਨ ਕਰ ਰਿਹਾ ਹੈ ਪਹਿਲਾਂ ਤਾਂ ਤੁਸੀਂ ਦੇਖੋ ਵੀ ਕਣਕਾਂ ਦੀ ਬਜਾਈ ਉੱਤਰੀ ਭਾਰਤ ਵਿੱਚ ਸਰਤੇ ਆ 25 26 ਤੋਂ ਅਕਤੂਬਰ ਤੋਂ ਕਣਕਾਂ ਬੀਜਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਉਹ ਆਪਾਂ ਕਹਿੰਦੇ ਉਹਨੇ ਵੀ ਯਾਰ ਕੋਈ ਆਲਸੀ ਆ ਜਿਹੜੇ ਅੱਧ ਨਵੰਬਰ ਤੱਕ ਕੰਮ ਤਾਂ ਚੱਲਣਾ ਪਈ ਉਹ ਤੋਂ ਬਾਅਦ ਜਿਹੜੇ ਜਾ ਕੇ ਬੀਜ ਤੇ ਆ ਇਹ ਜਿਹੜਾ ਹਫਤਾ ਦੱਸਦੇ ਨੇ ਆ ਇਹ ਬਿਲਕੁਲ ਬਜਾਈ ਆਪਣੀ ਕਣਕਾਂ ਦੀ ਸਿਖਰਾਂ ਦੇ ਉੱਤੇ ਆ ਤੇ ਦੋ ਹਫਤੇ ਬਾਅਦ ਤਾਂ ਪਹਿਲਾ ਪਾਣੀ ਲੱਗ ਜਾਂਦਾ ਜੀ ਬਿਲਕੁਲ ਬਿਲਕੁਲ ਅੱਜ ਕੀ ਹੈ ਵੀ ਅੱਜ ਕਿਸਾਨ ਪਹਿਲਾਂ ਤਾਂ ਕੇਂਦਰੀ ਜਿਹੜੇ ਖੇਤੀ ਕਾਨੂੰਨ ਨੇ ਜਿਨ੍ਹਾਂ ਨੂੰ ਕਿਸਾਨ ਕાય ਕਾਨੂੰਨ ਕਹਿ ਰਹੇ ਆ ਬਿਲਕੁਲ ਠੀਕ ਹੈ ਜਿਹੜੀਆਂ ਆਰਥਿਕਤਾ ਦੇ ਨਾਲ ਜੁੜੀਆਂ ਹੋਈਆਂ ਮਤਲਬ ਜਿਹੜੇ ਥਿੰਕ ਟੈਂਕ ਨੇ ਉਹ ਵੀ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਦੱਸ ਰਹੇ ਕੱਲਾ ਕਿਸਾਨਾਂ ਲਈ ਨਹੀਂ ਦੇਸ਼ ਲਈ ਮਾਰੂ ਜੀ ਹੁਣ ਕੀ ਹੈ ਕਿ ਹੁਣ ਇੱਕ ਗੱਲ ਵੀ ਪ੍ਰਾਲੀ ਦਾ ਰੌਲਾ ਬਹੁਤ ਪਾਉਂਦੇ ਆ ਤੇ ਹਰ ਸਾਲ ਜੀ ਜਦੋਂ ਕਣਕ ਦੀ ਨਾੜ ਨੂੰ ਜਾਂ ਪ੍ਰਾਲੀ ਦੀ ਮਤਲਬ ਪ੍ਰਾਲੀ ਨੂੰ ਅੱਗ ਲਾਉਂਦੇ ਆ ਝੋਨੇ ਦੀ ਨੂੰ ਤਾਂ ਉਦੋਂ ਪ੍ਰਦੂਸ਼ਣ ਫੈਲਦਾ ਉਹ ਗਲਤ ਆ ਅਸੀਂ ਉਹਦੀ ਉਹਦੀ ਸਪੋਰਟ ਨਹੀਂ ਕਰਦੇ ਠੀਕ ਹੈ ਆਪਾਂ ਉਹਦੀ ਕਿਹਾ ਇਹ ਜਾਂਦਾ ਬਿਲਕੁਲ ਪਹਿਲਾਂ ਪਿੱਛੇ ਜੇ ਇੱਕ ਰਿਪੋਰਟ ਆਈ ਆ ਵੀ ਦਿੱਲੀ ਸਭ ਤੋਂ ਜ਼ਿਆਦਾ ਰੌਲਾ ਦਿੱਲੀ ਦਾ ਪੈਂਦਾ ਕਿਉਂਕਿ ਦਿੱਲੀ ਕੇਂਦਰੀ ਸਰਕਾਰ ਬੈਠੀ ਆ ਠੀਕ ਹੈ ਜੀ ਜੀ ਬਾਕੀ ਦੇਸ਼ ਦੇ ਜਿਹੜੇ ਸ਼ਹਿਰ ਨੇ ਜਿਹੜੇ ਪ੍ਰਦੂਸ਼ਣ ਵਾਲੇ ਉਹਨਾਂ ਚਾਹੇ ਉਹ ਪੰਜਾਬ ਦੇ ਸ਼ਹਿਰ ਹੋਣ ਚਾਹੇ ਸਮੁੱਚੇ ਦੇਸ਼ ਦੇ ਬਹੁਤ ਸਾਰੇ ਸ਼ਹਿਰ ਆ ਜਿੱਤੇ ਪ੍ਰਦੂਸ਼ਣ ਲੋੜੇ ਦਾ ਪ੍ਰਦੂਸ਼ਣ ਆ ਉਹਨਾਂ ਬਾਰੇ ਕਦੀ ਨਹੀਂ ਰੌਲਾ ਪੈਂਦਾ ਕਿਉਂਕਿ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਬੈਠਾ ਕੈਬਨਟ ਬੈਠੀ ਆ ਤੇ ਹੋਰ ਜਿਹੜੇ ਆਲਾ ਲੋਕ ਬੈਠੇ ਆ ਇਸ ਕਰਕੇ ਦਿੱਲੀ ਦੇ ਪ੍ਰਦੂਸ਼ਣ ਦਾ ਜ਼ਿਆਦਾ ਫਿਕਰ ਆ ਜੀ ਹੁਣ ਕੀ ਆ ਤੇ ਉਸ ਰਿਪੋਰਟ ਨੇ ਕਿਹਾ ਵੀ ਪ੍ਰਦੂਸ਼ਣ ਜਿਹੜੀ ਇਹ ਪਰਾਲੀ ਆ ਉਹ ਸੜਨ ਨਾਲ ਨਹੀਂ ਉਹਨਾਂ ਪੈਂਦਾ ਜਿੰਨਾ ਦਿੱਲੀ ਦੇ ਵਿੱਚ ਸੜਕਾਂ ਤੇ ਇਮਾਰਤਾਂ ਦੀ ਸਾਰੀ ਨਾਲ ਜਿਹੜਾ ਖੱਟਾ ਉੱਠਦਾ ਉਹਦੇ ਨਾਲ ਪ੍ਰਦੂਸ਼ਣ ਜ਼ਿਆਦਾ ਫੈਲਦਾ ਪਰ ਉਹਨੂੰ ਸਾਰਾ ਕਿਸਾਨਾਂ ਦੇ ਸਿਰ ਮੜਿਆ ਜਾ ਰਿਹਾ ਜੀ ਫਿਰ ਕੀ ਹੈ ਤੇ ਕੇਂਦਰ ਸਰਕਾਰ ਨੇ ਕਿਹਾ ਵੀ 2500 ਰੁਪਏ ਪ੍ਰਤੀ ਏਕੜ ਖੇਤ ਮਗਰ ਆਪਾਂ ਕਿਸਾਨਾਂ ਨੂੰ ਪਰਾਲੀ ਸਾਂਭਣ ਨਾ ਦੇਵਾਂਗੇ ਜੀ ਅੱਜ ਤੱਕ ਨਹੀਂ ਮਿਲਿਆ ਜੇ ਉਹ ਗੰਢਾਂ ਬੰਨ ਕੇ ਉਹਦੀਆਂ ਗੱਠਾਂ ਬੰਨਦੇ ਨੇ ਤੇ ਜਿਹੜੀਆਂ ਉਹ ਮੇਲਾ ਚ ਖੜਦੇ ਆ ਉਹ ਜਿਹੜੇ ਪੇਪਰ ਮੇਲਸ ਨੇ ਤਾਂ ਉਹਦੇ ਤੇ ਖਰਚਾ ਜਿਹੜਾ ਉਹ ਵੱਧ ਹੁੰਦਾ ਆਮਦਨ ਘਟ ਹੁੰਦੀ ਆ ਤੇ ਪੇਮੈਂਟ ਹੁੰਦੀ ਨਹੀਂ ਕਿਸਾਨਾਂ ਨੂੰ ਜੀ ਹੁਣ ਹੁਣ ਕੀ ਹੋਇਆ ਪਹਿਲਾਂ ਤਾਂ ਐਸੇਗਾ ਵੀ ਸੈਟੇਲਾਈਟ ਰਾਹੀਂ ਉੱਤੇ ਨਿਗਰੱਖਦੇ ਸੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਜਿਹੜੇ ਲੋਕ ਆ ਜਾਂ ਹੇਠਲੇ ਪੱਧਰ ਦੇ ਅਧਿਕਾਰੀ ਆ ਕਿਸਾਨਾਂ ਨਾਲ ਰਲ ਜਾਂਦੇ ਆ ਮੂੰਹ ਮਲਾਜ਼ੇ ਪਾਲਦੇ ਆ ਮਾਤੜਾ ਨੂੰ ਜੁਰਮਾਨੇ ਤੇ ਜਿਹੜੇ ਤਕੜੇ ਆ ਉਹ ਅੱਖਾਂ ਸਾਹਮਣੇ ਅੱਗ ਲਾਉਂਦੇ ਕੋਈ ਨਹੀਂ ਪੁੱਛਦਾ ਪੰਜਾਬ ਚ ਕਿੰਨੇ ਐਕਸੀਡੈਂਟ ਹੁੰਦੇ ਨੇ ਜਦੋਂ ਪ੍ਰਾਲੀ ਸਾੜੀ ਜਾ ਰਹੀ ਹੁੰਦੀ ਹੈ ਤੇ ਸੜਕਾਂ ਤੋਂ ਲੰਘਦੇ ਲੋਕ ਜਿਨ੍ਹਾਂ ਨੂੰ ਕੁਝ ਦਿਸਦਾ ਨਹੀਂ ਸਕੂਟਰ ਮੋਟਰਸਾਈਕਲ ਵਾਲੇ ਕਾਰਾਂ ਵਾਲੇ ਬੱਸਾਂ ਵਾਲੇ ਐਕਸੀਡੈਂਟ ਇਹ ਆਪਾਂ ਆਧਾਰ ਲਾ ਦੇ ਸਕਦੇ ਹਾਂ ਬਿਲਕੁਲ ਹੁਣ ਹੁਣ ਕੀ ਕੀਤਾ ਕੇਂਦਰ ਨੇ ਪਈ ਇੱਕ ਆਰਡੀਨੈਂਸ ਲਿਆਂਦਾ ਜਿਹੜਾ ਤੁਰੰਤ ਕਾਨੂੰਨ ਬਣਾ ਦਿੱਤਾ ਗਿਆ ਬੁੱਧਵਾਰ ਹੀ ਮਾਨਜੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੁਰੀ ਉਹਨਾਂ ਤੇ ਦਸਖਤ ਕਰ ਦਿੱਤੇ ਉਸ ਉਹ ਅੱਜ ਕਾਨੂੰਨ ਦੀ ਰੂਪਕ ਤਿਆਰ ਕਰ ਲਿਆ ਨਾ ਲੱਗਦਾ ਸਾਰਾ ਹੋਇਆ ਕਿ ਬਈ ਉਹ ਪੰਜਾਬ ਦਿੱਲੀ ਹਰਿਆਣਾ ਯੂਪੀ ਇਨ੍ਹਾਂ ਮਤਲਬ ਜਿਹੜੇ ਵਿਚੇ ਰਾਜਸਥਾਨ ਬਈ ਜਿਹੜੇ ਉੱਤਰੀ ਖਿੱਤੇ ਦੇ ਮਤਲਬ ਕਿਸਾਨ ਉਹਨਾਂ ਦੇ ਗਾਲ 'ਚ ਇੱਕ ਗੁੱਠਾ ਦਿੱਤਾ ਗਿਆ ਇੱਕ ਤਰ੍ਹਾਂ ਨਾਲ ਬਈ ਦੇਖੋ 1 ਕਰੋੜ ਜੁਰਮਾਨਾ ਤੇ 5 ਸਾਲ ਦੀ ਸਜ਼ਾ ਫੌਰੀ ਲਾਗੂ ਤੇ ਇਹ ਕਿਸਾਨਾਂ ਦਾ ਮਤਲਬ ਗਲ ਪੁੱਟਣ ਦੇ ਤੁਲ ਨਹੀਂ ਤਾਂ ਹੋਰ ਕੀ ਆ ਮਤਲਬ ਇਹਦੀ ਕੋਈ ਅਪੀਲ ਦਲੀਲ ਨਹੀਂ ਬਸ ਸਿੱਧਾ ਇਹ ਲਾਗੂ ਕਰਤਾ ਕੋਈ ਕਿਸਾਨਾਂ ਨੂੰ ਇਹਨਾਂ ਨੇ ਸੱਦਿਆ ਨਹੀਂ ਕਿ ਹਾਂ ਵੀ ਤੁਹਾਨੂੰ ਅਸੀਂ ਕੀ ਮਦਦ ਕਰੀਏ ਤਾਂ ਕਿ ਤੁਹਾਨੂੰ ਪਰਾਲੀ ਨੂੰ ਅੱਗ ਨਾ ਲਾਉਣੀ ਪਵੇ ਇਹਨਾਂ ਨੇ ਕੁਝ ਨਹੀਂ ਪੁੱਛਿਆ ਬਿਲਕੁਲ ਅੱਛਾ ਇਹ ਮੈਂ ਤੁਹਾਨੂੰ ਦੱਸਦਾ ਕਿ ਕੁਇਕ ਸੇ ਮਤਲਬ ਕਿਸਾਨ ਧਿਰਾਂ ਦੀ ਜਾਂ ਵਾਤਾਵਰਨ ਪ੍ਰਦੂਸ਼ਣ ਜਿਹੜਾ ਆ ਉਹਦੇ ਮਾਹਰ ਜਿਹੜੇ ਨੇ ਜਿਹੜੇ ਵਾਤਾਵਰਨ ਵਿਗਿਆਨੀ ਨੇ ਤੁਸੀਂ ਚਾਰ ਜਣੇ ਉਹਨਾਂ ਨੂੰ ਬਹਾਲੋ ਤੁਸੀਂ ਇੱਕਦਮ ਮਤਲਬ ਜਿਹੜਾ ਆਪਾਂ ਕਹਿ ਸਕਦੇ ਆ ਭਈ ਇੱਕਦਮ ਫੈਸਲਾ ਠੋਸ ਦੇਣਾ ਕੋਈ ਕਾਨੂੰਨ ਬਣਾ ਕੇ ਲਾਗੂ ਕਰ ਦੇਣਾ ਉਹ ਤਾਂ ਤੱਕਾ ਹੀ ਗਿਣਿਆ ਜਾਂਦਾ ਹਮ ਅਗਲੀ ਗੱਲ ਭਈ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਦੇ ਮਤਲਬ ਜਸਟਿਸ ਥੋਬੜੇ ਬੋਪੰਨਾ ਤੇ ਸੁਬਰਾਮਨੀਅਮ ਦੇ ਬੈਂਚ ਨੇ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਨਾਲ ਹੀ ਕਿਹਾ ਕਰ ਤਈ ਅਸੀਂ ਨਜ਼ਰਸਾਨੀ ਕਰਾਂਗੇ ਜਿਹੜਾ ਤੁਸੀਂ ਕਾਨੂੰਨ ਬਣਾਇਆ ਵੀ ਆਇਆ ਇਹ ਪ੍ਰਦੂਸ਼ਣ ਪ੍ਰਾਈ ਕਰਕੇ ਫੈਲਦਾ ਜਾਂ ਉਹਦੀ ਕੋਈ ਹੋਰ ਵਜਾਹat ਹੈਗੀਆਂ ਠੀਕ ਹੈ ਜੀ ਉਹ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਵੀ ਅਸੀਂ ਪ੍ਰਾਈ ਨੂੰ ਸਾੜਨ ਤੇ ਜਿਹੜੀ ਰੋਕ ਲਾਉਣ ਸੰਬੰਧੀ ਕੋਈ ਹੁਕਮ ਜਾਰੀ ਕਰਨ ਲਈ ਸਾਨੂੰ ਕਿਹਾ ਗਿਆ ਜਾਂ ਸੁਪਰੀਮ ਕੋਰਟ 'ਚ ਕੋਈ ਪਟੀਸ਼ਨ ਆ ਅਸੀਂ ਦੇਖਾਂਗੇ ਵੀ ਆਰਡੀਨੈਂਸ ਜਿਹੜਾ ਆ ਉਹ ਕਿਵੇਂ ਲਿਆਂਦਾ ਗਿਆ ਕਿਵੇਂ ਉਹ ਕਾਨੂੰਨ ਬਣਿਆ ਤੇ ਉਹਦੇ ਤੇ ਨਜ਼ਰਸਾਨੀ ਕਰਾਂਗੇ ਜੀ ਜੀ ਸੋ ਇਸ ਕਰਕੇ ਹੋ ਸਕਦਾ ਕਿਸਾਨ ਧਿਰਾਂ ਵੀ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਣ ਤੇ ਜਿਹੜਾ ਮਤਲਬ ਨਜ਼ਰਸਾਨੀ ਆ ਉਹਦੇ ਵਿੱਚ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਗੱਲ ਆ ਜਾਵੇ ਸੁਪਰੀਮ ਕੋਰਟ ਤੋਂ ਜੀ ਠੀਕ ਹੈ ਨਾ ਜੀ ਹੁਣ ਇੱਥੇ ਸਤੀ ਸਾਹਿਬ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਜਿੱਦਾਂ ਜ਼ੋਰ ਇਹਨਾਂ ਦਾ ਕਿਸਾਨਾਂ ਦੇ ਉੱਤੇ ਜੁਰਮਾਨੇ ਲਾਉਣ ਤੇ ਲੱਗਾ ਆ ਜਾਂ ਉਹਨਾਂ ਨੂੰ ਸਜ਼ਾ ਮੁਕਰਰ ਕਰਨ ਤੇ ਲੱਗਾ ਹੋਇਆ ਜੀ ਉਹਦੇ ਨਾਲੋਂ ਜੇ ਇਹ ਬਲੌਕ ਲੈਵਲ ਤੇ ਕੋਈ ਇਹੋ ਜਿਹਾ ਪ੍ਰਬੰਧ ਕਰ ਦੇਣ ਜੀ ਤੇ ਜਦੋਂ ਚੋਨਾ ਵੱਡ ਹੁੰਦਾ ਨਾਲੇ ਸਰਕਾਰੀ ਮਸ਼ੀਨਾ ਜਾਣ ਜਾ ਕੇ ਸਾਫ ਕਰ ਲੈਣ ਬਿਲਕੁਲ ਔਰ ਤੁਸੀਂ ਅਗਲੀ ਗੱਲ ਦੇਖੋ ਵੀ ਕੱਲ ਕਿਸਾਨਾਂ ਨੇ ਅੰਮ੍ਰਿਤਸਰ ਦੇ ਧਰਨੇ 'ਚ ਕਿਹਾ ਪੰਦੇਰ ਤੇ ਪੰਨਹੂਰੀ ਜਿਹੜੇ ਸਰਬੰਸਿੰਘ ਮੰਦਰ ਤੇ ਪੰਨ ਸਾਹਿਬ ਉਹਨਾਂ ਨੇ ਕਿਹਾ ਵੀ ਜਿਹੜਾ ਸੰਤਾਂ ਦਾ ਧੂਆ ਹ ਉਹ ਕੇਂਦਰ ਦੀ ਹਕੂਮਤ ਦੇ ਅੱਖਾਂ 'ਚ ਨਹੀਂ ਪੈਂਦਾ ਹੈਗਾ ਜੀ ਸੰਤੀ ਧੂਆ ਜਿਹੜਾ ਆ ਉਹ ਇਸ ਪ੍ਰਾੜੀ ਦੇ ਧੂਆ ਨਾਲੋਂ ਵੀ ਕਈ ਗੁਣਾ ਵੱਧ ਖਤਰਨਾਕ ਹੈ। ਬਿਲਕੁਲ ਬਿਲਕੁਲ ਸੋ ਇਹ ਤਾਂ ਮਤਲਬ ਤੁਸੀਂ ਦੇਖੋ ਪਈ ਕੱਲਾ ਕਿਸਾਨਾਂ ਦੇ ਸਿਰ ਮੜ ਜਾਣਾ ਮੈਂ ਨਹੀਂ ਕਹਿੰਦਾ ਪਈ ਪ੍ਰਾੜੀ ਦੇ ਧੂਆ ਜਿਹੜਾ ਆ ਉਹ ਨੁਕਸਾਨ ਨਹੀਂ ਕਰਦਾ ਅਸੀਂ ਹਰ ਸਾਲ ਲੈਂਦੇ ਆ ਸਾਡੇ ਬੱਚੇ ਸਾਡਾ ਚਗਿਰਦਾ ਖਰਾਬ ਹੁੰਦਾ ਹੈਗਾ ਪਰ ਉਹਨੂੰ ਸਾਂਭਣ ਲਈ ਵੀ ਤਾਂ ਕਿਸਾਨਾਂ ਦੀ ਕੋਈ امداد ਕੀਤੀ ਜਾਵੇ ਜਾਂ ਜਿਹੜੇ ਵਾਅਦੇ ਕੀਤੇ ਗਏ ਘਟੂ ਘਟ ਉਹੀ ਪਗਾਏ ਜਾਣ ਤੁਸੀਂ ਚੁੱਕ ਕੇ ਕਾਨੂੰਨ ਬਣਾ ਦਿਓ 5 ਸਾਲ ਲਈ ਬੰਦਾ ਚੱਕ ਕੇ ਅੰਦਰ ਜੀ ਜੀ ਅੱਗ ਲਾਈ ਤੇ 1 ਕਰੋੜ ਜੁਰਮਾਨਾ ਜਿਹੜਾ ਦੋ ਡੰਗ ਦੀ ਰੋਟੀ ਘਰ ਦੀ ਚੁੱਲ੍ਹਾ ਬਾਲਣ ਤੋਂ ਅਸਮਰੱਥ ਹੈ ਇਸ ਵੇਲੇ ਕਿਸਾਨ ਉਹਦੇ ਚ ਇੰਨੀ ਹਿੰਮਤ ਨਹੀਂ ਤਾਂ ਉਹ 1 ਕਰੋੜ ਜੁਰਮਾਨਾ ਕਿੱਥੋਂ ਭਰੂਗਾ ਇਹਦਾ ਭਾਵ ਆ ਵੀ ਉਹ ਉਹਦੀ ਕੁਰਕੀ ਹੋ ਗਈ ਜੋ ਕੁਝ ਵੀ ਉਹਦੇ ਕੋਲ ਹੈਗਾ ਉਹ ਵੀ ਹੁਣ ਲੈ ਲਿਆ ਜਾਊਗਾ ਜੀ ਅ ਦੂਜੀ ਗੱਲ ਸਤੀ ਸਾਹਿਬ ਜੀ ਜਿੱਦਾਂ ਪਿਛਲੇ ਕੁਝ ਦਿਨਾਂ ਚ ਜਿਹੜੇ ਫੈਸਲੇ ਲੈ ਗਏ ਆ ਕੇਂਦਰ ਸਰਕਾਰ ਵੱਲੋਂ ਜੀ ਉਹ ਇਦਾਂ ਲੱਗਣ ਲੱਗ ਪਿਆ ਹਰਾਮ ਬੰਦੇ ਨੂੰ ਵੀ ਜਿੱਦਾਂ ਜਾਣ ਬੁੱਝ ਕੇ ਨਾ ਪੰਜਾਬ ਦੇ ਜੀ ਨੂੰ ਤੰਗ ਕਰਨ ਲਈ ਬਿਲਕੁਲ ਇਹ ਸਾਰੇ ਫੈਸਲੇ ਆ ਰਹੇ ਆ ਉਹਦੇ ਚ ਪਹਿਲੀ ਗੱਲ ਤੇ ਇਹ ਸੀ ਜਦੋਂ ਬਾਕੀ ਸਟੇਟਾਂ ਨੂੰ ਜੀਐਸਟੀ ਦਾ ਬਕਾਇਆ ਦਿੱਤਾ ਗਿਆ ਪੰਜਾਬ ਨੂੰ ਨਹੀਂ ਦਿੱਤਾ ਗਿਆ ਬਿਲਕੁਲ ਹੁਣ ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਉਹ ਹੀ ਕੀਤੀ ਆ ਵੀ ਪਿੰਡੂ ਵਿਕਾਸ ਫੰਡ ਜਿਹੜਾ ਉਹ ਵੀ ਰੋਕ ਤਾ ਹਾਂਜੀ ਉਹ ਪਿੰਡੂ ਵਿਕਾਸ ਫੰਡ ਰੋਕਣਾ ਵੀ ਸੁਖਜਿੰਦਰ ਸਿੰਘ ਰੰਧਾਵਾ ਹੁਰੀ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਪੰਜਾਬ ਨੂੰ ਸਬਕ ਸਿਖਾਉਣ ਦੀ ਕਾਰਵਾਈ ਹੈ ਜੀ ਤੇ ਪੰਜਾਬ ਸਰਕਾਰ ਨੇ ਹੁਣ ਕੀ ਕੀਤਾ ਵੀ ਜਿਹੜਾ ਜਿਹੜੀ ਦਿਹਾਤੀ ਵਿਕਾਸ ਬੋਰਡ ਦੀ ਮੀਟਿੰਗ ਸੀਗੀ ਕੱਲ ਕੈਪਟਨ ਸਾਹਿਬ ਨੇ ਕਿਹਾ ਵੀ ਦੇਖੋ ਅਸੀਂ ਕੇਂਦਰ ਤੱਕ ਰਸਾਈ ਕਰਾਂਗੇ ਮਨਪ੍ਰੀਤ ਬਾਦਲ ਹੋਰਾਂ ਨੂੰ ਇੱਕ ਤਾਂ ਉੱਥੇ ਭੇਜਿਆ ਜਾ ਰਿਹਾ ਠੀਕ ਹੈ ਜੀ ਔਰ ਦੂਸਰਾ ਜਿਹੜਾ ਰਾਸ਼ਟਰਪਤੀ ਨੂੰ ਮਿਲਣਗੇ ਪਈ ਜਿਹੜੇ ਕਿਸਾਨ ਕਿਸਾਨਾਂ ਦੇ ਖਿਲਾਫ ਜਾਂਦੇ ਆ ਖੇਤੀ ਕਾਨੂੰਨ ਉਹਨਾਂ ਸੰਬੰਧੀ ਕੈਪਟਨ ਸਾਹਿਬ ਆਪਣੇ ਵਿਧਾਇਕਾਂ ਨੂੰ ਨਾਲ ਲੈ ਕੇ ਰਾਸ਼ਟਰਪਤੀ ਨੂੰ ਮਿਲ ਰਹੇ ਨੇ ਸੋ ਚਾਰਾਜੋਈ ਤਾਂ ਕਰ ਰਹੇ ਆ ਜੀ ਤੇ ਨਾਲ ਦੀ ਨਾਲ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸਹਿਕਾਰਤਾ ਮੰਤਰੀ ਆ ਸਾਡੇ ਉਹਨਾਂ ਨੇ ਇਹ ਵੀ ਕਿਹਾ ਪਈ ਇਦਾਂ ਤਾਂ ਕਾਲੇ ਦਿਨਾਂ ਚ ਵੀ ਨਹੀਂ ਹੋਇਆ ਕਦੀ ਹੁਣ ਤੁਸੀਂ ਦੇਖੋ ਗੱਡੀਆਂ ਰੋਕ ਲਈਆਂ ਪੰਜਾਬ ਲਈ ਮਾਲ ਗੱਡੀਆਂ ਦੀ ਬੁਕਿੰਗ ਬੰਦ ਹੋ ਗਈ ਹੈ ਜੀ ਕੇਂਦਰ ਦੇ ਹੁਕਮਾਂ ਤੇ ਹੋਈ ਹੋਵੇਗੀ ਬਿਲਕੁਲ 200 ਰੈਕ ਖਾਦਾਂ ਦੇ ਤਾਂ ਕੋਲੇ ਦੇ ਭਰੇ ਖੜੇ ਆਦੇਸ਼ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੀ ਠੀਕ ਹੈ ਤੇ ਉਹ ਕਹਿੰਦੇ ਨੇ ਰੰਧਾਵਾ ਸਾਹਿਬ ਨੇ ਕੱਲ ਕਿਹਾ ਸੁਖਚੰਦਰ ਰੰਧਾਵਾ ਹਰੀ ਵੀ ਦੇਖੋ ਜਦੋਂ ਕਾਲੇ ਦਿਨ ਸੀਗੇ ਆਤਵਾਦੀ ਦਿਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਖਾਸ ਕਰਕੇ 80 ਦਾ ਦਹਾਕਾ ਤੇ 90ਵਿਆਂ ਦੇ ਸ਼ੁਰੂ ਦੇ ਠੀਕ ਹੈ ਕਹਿੰਦੇ ਉਦੋਂ ਗੱਡੀਆਂ 'ਚ ਬੰਬ ਬਲਾਸਟ ਵੀ ਹੋਏ ਆ ਉਦੋਂ ਤਾਂ ਕੇਂਦਰ ਸਰਕਾਰ ਨੇ ਕਦੀ ਗੱਡੀਆਂ ਪੰਜਾਬ ਚੋਂ ਨਾ ਨਹੀਂ ਰੁਕੀਆਂ ਬਾਹਰ ਗੱਡੀਆਂ ਵੀ ਆਉਂਦੀਆਂ ਸੀ ਯਾਤਰੀ ਗੱਡੀਆਂ ਵੀ ਆਉਂਦੀਆਂ ਸੀ ਸੋ ਉਹਨਾਂ ਨੇ ਕਿਹਾ ਵੀ ਇਹ ਇੱਕ ਮਤਲਬ ਪੰਜਾਬ ਨੂੰ ਨਾ ਪੰਜਾਬ ਨਾਲ ਤੱਕਾ ਕੀਤਾ ਜਾ ਰਿਹਾ ਹੈ ਮਤਲਬ ਆਮ ਲੋਕਾਂ ਨਾਲੋਂ ਇਹਨਾਂ ਨੂੰ ਖਾਲੀ ਡੱਬੇ ਜ਼ਿਆਦਾ ਚਿੰਤਾ ਹੈ ਬਿਲਕੁਲ ਜੀ ਅਗਲੀ ਗੱਲ ਪਈ ਉਹ ਕਹਿੰਦੇ ਆ ਪਈ ਹੁਣ ਗੱਡੀਆਂ ਦੀ ਬੁਕਿੰਗ ਕਿੱਥੇ ਲਈ ਹੋ ਰਹੀ ਆ ਹਰਿਆਣੇ ਲਈ ਸਾਡੇ ਗੁਆਂਢੀ ਸੂਬੇ ਲਈ ਜੀ ਫਿਰ ਕੀ ਹੋਊਗਾ ਪਈ ਹਰਿਆਣੇ ਤੋਂ ਜਿਹੜੀ ਖਾਦ ਕੋਲਾ ਆ ਉਹ ਸੜਕੀ ਰਾਤ ਤੇ ਇੱਥੇ ਲਿਆਂਦਾ ਜਾਏਗਾ ਤੇ ਅੱਜ ਜਿਹੜੀ ਸਥਿਤੀ ਆ ਉਹ ਤਕਰੀਬਨ ਜਿਹੜੇ ਥਰਮਲ ਪਲਾਂਟ ਆ ਬੰਦ ਹੋ ਗਏ ਹੈਗੇ ਪਹਿਲਾਂ ਤਾਂ ਕੰਡੇ ਤੇ ਸੀ ਹੁਣ ਬੰਦ ਹੋ ਗਿਆ ਤੇ ਕਿਸਾਨਾਂ ਨੇ ਸਿਰਫ ਜਿਹੜਾ ਬਣਾਵਾਲੀ ਮਾਨਸਾ ਵਾਲਾ ਤੇ ਜਿਹੜਾ ਰਾਜਪੁਰੇ ਵਾਲਾ ਥਰਮਲ ਪਲਾਂਟ ਆ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੇ ਹੈਗੇ ਆ ਉੱਥੇ ਧਰਨਾ ਉਹਨਾਂ ਦਾ ਜਾਰੀ ਆ ਅਗਰਾਹਾ ਗਰੁੱਪ ਨੇ ਸ਼ਾਇਦ ਅਗਰਾਹਾ ਗਰੁੱਪ ਨੇ ਤੇ ਹੁਣ ਤੱਕ ਜਿਹੜੇ ਕਿਸਾਨ ਆ ਉਹਨਾਂ ਨੇ ਰੇਲਵੇ ਟਰੈਕ ਵੀ ਖਾਲੀ ਕਰ ਦਿੱਤੇ ਆ ਮਾਲ ਗੱਡੀਆਂ ਲਈ ਹੁਣ ਕੀ ਪ੍ਰੋਬਲਮ ਪਹਿਲਾਂ ਪੁਜੀਸ਼ ਗੋਇਲ ਜਿਹੜੇ ਨੇ ਕੇਂਦਰੀ ਰੇਲਵੇ ਮੰਤਰੀ ਉਹ ਕਹਿੰਦੇ ਆ ਜੀ ਵੀ ਡਰਾਈਵਰਾਂ ਨੂੰ ਸੁਰੱਖਿਆ ਦੋ ਅਤਵਾਦ ਵਾਲੇ ਵੇਲੇ ਤਾਂ ਡਰਾਈਵਰਾਂ ਨੂੰ ਕੋਈ ਸੁਰੱਖਿਆ ਦੀ ਲੋੜ ਨਹੀਂ ਪਈ ਅੱਜ ਜਦੋਂ ਅਮਨ ਆ ਮਾਨ ਆ ਚੰਗੀ ਭਲੀ ਸਰਕਾਰ ਚੱਲਣ ਦੀ ਪੰਜਾਬ ਤੇ ਅੱਜ ਉਹਨਾਂ ਨੂੰ ਡਰਾਈਵਰਾਂ ਨੂੰ ਸੁਰੱਖਿਆ ਦੀ ਲੋੜ ਹੈ ਜੀ ਸਤੀ ਸਾਹਿਬ ਇਹ ਸਾਰੇ ਹੀ ਕਹਿੰਦੇ ਆ ਕਿ ਬੀਜੇਪੀ ਜਾਣ ਬੁੱਝ ਕੇ ਲੋਕਾਂ ਦੇ ਮਨਾਂ 'ਚ ਇਹ ਚੀਜ਼ ਪਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਪੰਜਾਬ ਐਸ ਵੇਲੇ ਫੇਰ ਉਹ ਕਾਲੇ ਦੌਰ ਵੱਲ ਨੂੰ ਵਧ ਰਿਹਾ ਇਹ ਕਹਿੰਦੇ ਹਰ ਗੱਲ ਇਹਨਾਂ ਦੀ ਇਹੀ ਦੱਸ ਰਹੀ ਆ ਉਹ ਸਾਨੂੰ ਸੁੱਖੀ ਵਸਦਿਆਂ ਨੂੰ ਨਾ ਮੁੜ ਕੇ ਉਸ ਚੱਕਰ 'ਚ ਪਾਉਣਾ ਚਾਹੁੰਦੇ ਨੇ ਜੀ ਅੱਛਾ ਕੈਪਟਨ ਸਾਹਿਬ ਨੇ ਆਪਣੇ 4 ਨਵੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਲਈ ਟਾਈਮ ਮੰਗਿਆ ਹਾਂਜੀ ਤੇ ਉਹ ਕਹਿੰਦੇ ਆ ਵੀ ਸਾਰੇ ਵਿਧਾਇਕ ਵੀ ਮੇਰੇ ਨਾਲ ਉਹਨੂੰ ਮਿਲਣ ਜਾਣਗੇ ਇਹ ਉਹ ਖੇਤੀ ਬਿੱਲ ਜਿਹੜੇ ਇਹਨਾਂ ਨੇ ਰਾਜ ਹਾਂਜੀ ਉਹੀ ਉਹਨਾਂ ਤੇ ਨਜ਼ਰਸਾਨੀ ਲਈ ਉਹਨਾਂ ਵਿੱਚ ਸੋਧ ਲਈ ਰਾਸ਼ਟਰਪਤੀ ਕੋਲ ਜਾ ਕੇ ਆਪਣੀ ਦਾਦ ਫਰਿਆਦ ਕਰਨਗੇ ਤਾਂ ਦੇਖੋ ਸੂਬਾ ਕੀ ਕਰ ਸਕਦਾ ਬਦ ਤੋਂ ਬਦ ਸੂਬਾ ਅਸੈਂਬਲੀ ਦੇ ਵਿੱਚ ਇੱਕ ਬਿੱਲ ਲਿਆ ਸਕਦਾ ਉਹਨੂੰ ਪਾਸ ਕਰ ਸਕਦਾ ਮਤਾ ਲਾ ਕੇ ਪਾਸ ਕਰ ਸਕਦਾ ਉਹ ਜਿਹੜਾ ਮਤਾ ਸੂਬਾ ਸੂਬੇ ਦੀ ਹਕੂਮਤ ਤੇ ਜਿਹੜੀਆਂ ਵਿਰੋਧੀ ਤਰ੍ਹਾਂ ਵੀ ਆ ਰਾਕੇ ਇਕਜਟ ਹੋ ਕੇ ਉਹ ਮਤਾ ਪਾਸ ਕਰਨ ਤਾਂ ਫੇਰ ਕੇਂਦਰ ਸਰਕਾਰ ਜਿਹੜੀ ਆ ਉਹ ਕਿਉਂ ਨਾ ਉਹਦੇ ਤੇ ਨਜ਼ਰਸਾਨੀ ਕਰੇ ਤੇ ਉਹ ਕੇਂਦਰ ਸਰਕਾਰ ਦਾ ਜਿਹੜਾ ਇਸ ਵੇਲੇ ਤੱਕ ਦਾ ਐਟੀਟਿਊਡ ਆ ਰਵਈਆ ਆ ਉਹਦੇ ਤੋਂ ਲੱਗਦਾ ਨਹੀਂ ਕਿ ਉਹ ਉਹਦੇ ਤੇ ਕੁਝ ਉਹਦੇ ਵਿੱਚ ਕੋਈ ਸੋਧਾ ਕਰਨਗੇ ਠੀਕ ਹੈ ਜੀ ਸੋਧਾ ਕਰਨੀ ਉਹ ਤਾਂ ਫੋਰੀ ਹੋਣੀ ਚਾਹੀਦੀਆਂ ਦੇਖੋ ਪੰਜਾਬ ਐਸ ਵੇਲੇ ਆਰਥਿਕ ਤੌਰ ਤੇ ਤਬਾਹੀ ਦੇ ਕੰਡੇ ਤੇ ਆ ਠੀਕ ਹੈ ਆਰਥਿਕ ਤਾਂ ਪਹਿਲੇ ਹੀ ਮਾੜੀ ਆ ਅ ਪਰ ਕੇਂਦਰ ਸਰਕਾਰ ਦੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਬਈ ਕੰਨਾਂ ਤੇ ਜੂਂ ਸਰਕਰ ਦੇ ਤੁਲ ਨਹੀਂ ਹੋਇਆ ਕੁਝ ਵੀ ਠੀਕ ਹੈ ਤਾਂ ਹੁਣ ਜਿੱਦਾਂ ਪਹਿਲਾਂ ਆਪਾਂ ਸੀਗਾ ਵੀ ਮੋਦੀ ਦੇ ਪੁਤਲੇ ਸਾੜੇ ਜਾਣਗੇ ਸਾੜੇ ਹੁਣ ਅੰਦਰਖਾਤੇ ਮੀਡੀਆ ਚ ਵੀ ਇਦਾਂ ਦੇ ਹੈ ਹਦਾਇਤਾਂ ਆਉਣ ਲੱਪੀਆਂ ਵੀ ਮੋਦੀ ਦੇ ਪੁਤਲੇ ਨਹੀਂ ਲਿਖਣਾ ਤੁਸੀਂ ਸਮਝਨੇ ਹੋ ਜੀ ਭਈ ਸਰਕਾਰ ਦੇ ਪੁਤਲੇ ਸਾਡੇ ਲਿਖੋ ਠੀਕ ਹੈ ਸੋ ਮਤਲਬ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਮੀਡੀਆ ਨੂੰ ਵਰਗੜਾ ਕੇ ਮੀਡੀਆ ਦਾ ਪਹਿਨੇ ਵਕਾਉ ਜੈਲੋ ਜਰਨਲਿਜ਼ਮ ਹੋ ਰਹੀ ਆ ਜੀ ਜੀ ਠੀਕ ਹੈ ਤਾਂ ਜਿਹੜੇ ਰਵੀਸ਼ ਵਰਗੇ ਆ ਉਹਨਾਂ ਦੇ ਚੈਨਲਾਂ ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਛਾਪੇ ਮਰਵਾਏ ਜਾ ਰਹੇ ਆ ਸੋ ਦੇਖੋ ਹੁਣ ਜਿਹੜੇ ਚਾਰ ਨੂੰ ਮਿਲ ਰਹੇ ਨੇ ਕੈਪਟਨ ਸਾਹਿਬ ਵਿਧਾਇਕ ਦਲ ਦੇ ਨਾਲ ਪਈ ਉਹਦਾ ਰਸ਼ਪਤੀ ਹੁਰੀ ਕੀ ਕਹਿੰਦੇ ਨੇ ਹਾਂ ਤੇ ਜੇਪੀ ਨੱਡਾ ਸਾਹਿਬ ਵੀ ਉੱਥੇ ਮੀਟਿੰਗ ਰੱਖੀ ਜਾਂਦੇ ਆ ਪੰਜਾਬ ਦੇ ਵਿੱਚ ਕਹਿੰਦੇ ਆ ਰਾਜਕਤਾ ਫੈਲਣ ਵਾਲੀ ਹੈ ਹਾਂਜੀ ਬਿਲਕੁਲ ਬਿਲਕੁਲ ਉਹ ਐ ਆ ਪਈ ਹੁਣ ਜੀ ਅਸ਼ਵਨੀ ਸ਼ਰਮ ਤਰਣ ਚੁੱਗ ਹੁਣੀ ਵਿਜੇ ਸੰਪਲਾ ਹੁਣੀ ਸਾਹਿਬ ਕਾ ਕੇਂਦਰੀ ਮੰਤਰੀ ਹੁਣ ਇਹਨਾਂ ਨੇ ਜਾ ਕੇ ਉੱਥੇ ਉਹ ਤਾਂ ਸਦੀਸੀ ਮੀਟਿੰਗ ਜੇਪੀ ਨੱਡਾ ਹੋਰੀ ਪਈ ਪੰਜਾਬ ਦੇ ਹਾਲਾਤ ਜਾਣਨ ਲਈ ਪੰਜਾਬ ਦੇ ਹਾਲਾਤ ਹੁਣ ਦੱਸਣ ਇਹ ਆਗੂ ਉੱਥੇ ਗਏ ਨੇ ਕੇਂਦਰ ਸਰਕਾਰ ਨੂੰ ਨਹੀਂ ਅਜੇ ਤੱਕ ਪਤਾ ਲੱਗਾ ਪਈ ਪੰਜਾਬ ਦੇ ਹਾਲਾਤ ਕੀ ਨੇ अच्छा एकटा खबर आई वो ਕਿਸਾਨਾਂ ਲਈ ਵਧੀਆ ਜੀ ਆਈ ਬੜੀ ਦੂਰੋਂ ਆ ਉਹ ਜੀ ਇਹਨਾਂ ਭਾਰਤ ਦੇ ਅਖੀਰ ਚ ਥੱਲੇ ਜਾ ਕੇ ਕੇਰਲਾ ਤੋਂ ਜੀ ਜੀ ਉਹ ਨਹੀਂ ਕਹਿੰਦੇ ਸਬਜ਼ੀਆਂ ਲਈ ਵੀ ਐਮ ਐਸ ਪੀ ਨਿਰਧਾਰਤ ਕਰ ਦਿੰਦੀ ਹੈ ਹੈਨਾ ਉਹਨਾਂ ਤੋਂ ਹੀ ਆਪਾਂ ਸਿੱਖ ਲਈਏ ਜੀ ਠੀਕ ਹੈ ਪੰਜਾਬ ਚ ਵੀ ਇਹ ਚੀਜ਼ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਐਮ ਐਸ ਪੀ ਦਾ ਤਾਂ ਸਾਰਾ ਰੌਲਾ ਆ ਜੀ ਕਹਿੰਦੇ ਆ ਵੀ ਦੇਵਾਂਗੇ ਇਹ ਤਾਂ ਉਦੋਂ ਪਤਾ ਲੱਗੂਗਾ ਜਦੋਂ ਕਾਨੂੰਨ ਜਿੱਦਾਂ ਹੁਣ ਕੇਂਦਰ ਦੇ ਵਿੱਚ ਲਾਗੂ ਕਰ ਦਿੱਤਾ ਕੇਂਦਰ ਸਰਕਾਰ ਨੇ ਪ੍ਰਾਲੀ ਸੰਬੰਧੀ ਇਸ ਤਰ੍ਹਾਂ ਜਦੋਂ ਐ ਗੱਲ ਨੂੰ ਮਤਲਬ ਉਹ ਪੰਜਾਬ ਪਿਆ ਫਿਰ ਪਤਾ ਲੱਗੇਗਾ ਜੀ ਸਮਾਂ ਹੋ ਰਿਹਾ ਇੱਕ ਬ੍ਰੇਕ ਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਦੁਨੀਆ ਨੂੰ ਜਾਣੋ ਪੰਜਾਬ ਮੇਲ ਯੂ ਐਸ اے ਚੈਨਲ ਦੇ ਨਾਲ ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ ਖਬਰਾਂ ਦੀ ਢੁਗਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ ਸਿਰਫ ਪੰਜਾਬ ਮੇਲ ਯੂ ਐਸ ਏ ਚੈਨਲ ਪੰਜਾਬ ਮੇਲ ਟੀਵੀ ਯੂ ਐਸ ਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ ਵੱਧਦੇ ਆ ਅਗਲੀ ਖਬਰਾਂ ਜੀ ਸਤੀ ਸਾਹਿਬ ਅਕਾਲ ਤਖਸਾਲ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦਾ ਸਾਰਿਆਂ ਨੂੰ ਪਤਾ ਹੀ ਆਪੇ ਉਹਨਾਂ ਨੇ ਜਿਹੜੇ 1978 ਦੇ ਵਿੱਚ ਗੋਲੀ ਕਾਂਡ ਤੋਂ ਬਾਅਦ ਜਿਹਦੇ ਵਿੱਚ ਧੇਰਾ ਸਿੰਘ ਸ਼ਹੀਦ ਹੋਏ ਜੀ ਉਸ ਤੋਂ ਬਾਅਦ ਜਾ ਕੇ ਉਹਦਾ ਬਦਲਾ ਲਿਆ ਅੰਦਰਾਗਰੀ ਪਰੋਚਨੇ ਨੂੰ ਜੀ ਮਾਰਿਆ ਹੁਣ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਆ ਜੋ ਵੀ ਨਵੇਂ ਘਟਨਾਕ੍ਰਮ ਹੋ ਰਹੇ ਆ ਐਸਜੀਪੀਸੀ ਦੇ ਜਾਂ ਅਕਾਲ ਤਖਤ ਸਾਹਿਬ ਵੱਲੋਂ ਜੋ ਨਵੇਂ ਸਜਾਵਾਂ ਲਾਈਆਂ ਗਈਆਂ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਕੱਲ ਕੋਈ ਉਹਦੇ ਬਾਰੇ ਤੁਸੀਂ ਸੁਣਿਆ ਕੁਝ ਆ ਹਾਂਜੀ ਦੇਖੋ ਜਿਹੜੇ ਭਾਈ ਰਣਜੀਤ ਸਿੰਘ ਹੁਰੀ ਨੇ 78 ਤੋਂ ਬਾਅਦ ਫਿਰ ਹੁਗਮ ਨਾਮੀ ਰਹੇ ਨੇ ਜੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਹੋਰਾਂ ਦੇ ਕਤਲ ਤੋਂ ਬਾਅਦ ਉਹਨਾਂ ਦਾ ਪਤਾ ਲੱਗਾ ਵੀ ਉਹਨਾਂ ਦੇ ਘਰ ਚ ਹੀ ਕੰਮ ਕਰਦੇ ਰਹੇ ਜੀ ਮਿਸਤਰੀ ਬਣ ਕੇ ਹਾਂ ਫਿਰ ਟੋੜਾ ਸਾਹਿਬ ਜਿਹੜੇ ਗੁਰਚੰਦ ਸਿੰਘ ਟੋੜਾ ਟੋੜਾ ਆਖਰੀ ਮਰਹੂਮ ਆਗੂ ਸਾਡੇ ਜੀ ਉਹਨਾਂ ਨੇ ਕਿਹਾ ਸੀਗਾ ਵੀ ਉਹ ਬਹੁਤ ਜਣੀ ਕਿ ਸਿੱਪਤ ਸਲਾਹ ਕਰਦੇ ਸੀ ਵੀ ਸਾਡਾ ਹੀਰਾ ਆ ਠੀਕ ਹੈ ਹੀਰੇ ਵੀ ਨੇ ਤੇ ਹੀਰੋ ਵੀ ਆ ਜੀ ਤੇ ਉਦੋਂ ਤੋਂ ਹੀ ਜਦੋਂ ਟੋੜਾ ਸਾਹਿਬ ਮਤਲਬ ਸਮਝ ਲਓ ਅਕਾਲ ਤਖਤ ਦੇ ਜਥੇਦਾਰ ਬਣ ਗਏ ਹਨ ਕੇ ਹਮ ਤੇ ਬਾਦਲ ਦਲ ਤੇ ਟੌੜਾ ਹੋਰਾਂ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਤੇ ਟੌੜਾ ਦੇ ਦਰਮਿਆਨ ਉਹ ਖਿੱਚੋ ਤਣ ਬੱਦ ਗਈ ਜੀ ਉਹ ਜਥੇਦਾਰ ਰਣਜੀਤ ਸਿੰਘ ਹੁਰਾਂ ਨੂੰ ਇਸ ਤਰ੍ਹਾਂ ਅੱਗੇ ਲਿਆਉਣ ਕਰਕੇ ਸਾਰਾ ਕੁਝ ਹੋਇਆ ਕਿਉਂਕਿ ਉਹ ਖਰੀਆਂ ਖਰੀਆਂ ਗੱਲਾਂ ਕਰਦੇ ਸੀ ਬਿਲਕੁਲ ਫਿਰ ਜਿਹੜੀਆਂ ਮਤਲਬ ਲੂੰਬੜ ਚਾਲਾਂ ਚੱਲੀਆਂ ਗਈਆਂ ਉਹਨਾਂ ਨੂੰ ਹਟਾਉਣ ਦੀਆਂ ਇੱਕ ਪਲਾਟ ਦੀ ਹੀਰਾ ਫੇਰੀ ਦੀਆਂ ਖਬਰਾਂ ਲੱਗੀਆਂ ਇੱਥੇ ਇੱਕ ਵੱਡੀ ਅਖਬਾਰ ਤੋਂ ਉਹ ਤਾਂ ਪਾਈ ਦਿੰਦੇ ਆ ਪਾਈ ਦਿੰਦੇ ਬਿਲਕੁਲ ਕਹਿ ਹੋਣ ਉਹ ਮੁੜ ਕੇ ਜਿੱਦਾਂ ਜੜੀਆਂ ਸਿੱਖ ਬੁੱਧੀਜੀਵੀ ਧਿਰਾਂ ਨੇ ਜਾਂ ਜਿਹੜੇ ਸਾਡੇ ਥਿੰਕ ਟੈਂਕ ਆ ਉਹ ਕਹਿੰਦੇ ਸਿਗੇ ਭਈ ਜਿਹੜਾ ਮਾਨਤਾ ਨੂੰ ਉਹਨਾਂ ਦਾ ਹੋਣਾ ਚਾਹੀਦਾ ਸੀ ਉਹ ਹੋਇਆ ਹੋਇਆ ਨਹੀਂ ਬਿਲਕੁਲ ਚਲੋ ਕੁਰਬਾਨੀ ਬਹੁਤ ਹੋਈ ਸੀ ਪਰ ਉਹ ਗਾਹੇ ਬਗਾਹੇ ਉਹ ਵਿਚਰਦੇ ਨੇ ਸਿੱਖ ਸੰਗਤਾਂ ਦੇ ਵਿੱਚ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮਾਲਵਾ ਖਿੱਤੇ ਚ ਜੀ ਉਹਦੇ ਚ ਉਹਨਾਂ ਨੇ ਕੀ ਕਿਹਾ ਭਈ ਮੈਂ ਭਾਈ 7 ਨਵੰਬਰ ਨੂੰ ਦਰਬਾਰ ਸਾਹਿਬ ਅੱਗੇ ਮਤਲਬ ਹਾਜ਼ਰ ਹੋਊਂਗਾ ਨਾਂ ਚੌਂ ਘੰਟਾ ਕਰ ਚ ਉਹ ਕਹਿੰਦੇ ਨੇ ਭਈ ਜਿਹੜੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਨੇ ਹਰਪ੍ਰੀਤ ਸਿੰਘ ਹੋਰੀ ਜੀ ਤੇ ਭਾਈ ਗੋਬਿੰਦ ਸਿੰਘ ਲੋਂਗੋਵਾਲ ਐ ਜੀਪੀਸੀ ਦੇ ਪ੍ਰਧਾਨ ਹੀ ਨੇ ਪ੍ਰਧਾਨ ਨੇ ਉਹ ਕਹਿੰਦੇ ਮੈਨੂੰ ਦੋ ਗੱਲਾਂ ਦਾ ਜਵਾਬ ਦੇਣ ਇੱਕ ਤਾਂ ਮਹਾਰਾ ਦੇ ਜਿਹੜੇ ਸਰੂਪ ਗੁੰਮ ਹੋਏ ਨੇ ਇੱਕ ਜਿਹੜਾ ਖਜ਼ਾਨਾ ਲੁੱਟਿਆ ਗਿਆ 84 ਚ ਜਦੋਂ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ ਉਸ ਹਮਲਾ ਹੋਇਆ ਉਦੋਂ ਜਿਹੜਾ ਉੱਥੋਂ ਬੇਸ਼ਕੀਮਤੀ ਖਜ਼ਾਨਾ ਲੁੱਟ ਕੇ ਫੌਜ ਦਿੱਲੀ ਲੱਗੀ ਸਾਡੀਆਂ ਮੈਨੂ ਸਕ੍ਰਿਪਟਸ ਵੀ ਸੀਗੀਆਂ ਹਾਂ ਜਿਨ੍ਹਾਂ ਵਿੱਚ ਸਾਡੇ ਖਰੜੇ ਜਾਂ ਹੋਰ ਬਹੁਤ ਕੁਛ ਸੀ ਬਹੁਤ ਕੁਛ ਸੀਗਾ ਜੀ ਜਿਹੜਾ ਸਿੱਖ ਧਰਮ ਦੇ ਨਾਲ ਸਾਡੀ ਵਿਰਾਸਤ ਸੀਗੀ ਉਹ ਇੱਕ ਤਰ੍ਹਾਂ ਦੀ ਲੁੱਟ ਕੇ ਲੈ ਗਿਆ ਹੋਇਆ ਕੀ ਭਈ ਹੁਣ ਉਹਨਾਂ ਨੇ ਕਿਹਾ ਭਈ ਉਹਦੇ ਸਬੰਧੀ ਮੈਨੂੰ ਦੋਵੇਂ ਜਵਾਬ ਦੇਣੇ ਹਨ ਠੀਕ ਹੈ ਵੀ ਮੈਂ ਉੱਥੇ ਇੰਤਜ਼ਾਰ ਕਰੂੰਗਾ 4 ਘੰਟੇ ਬੈਠਾਂਗਾ ਜੀ ਨਾਲ ਦੀ ਨਾਲ ਉਹਨਾਂ ਨੇ ਕਿਹਾ ਭਈ 10 ਸਾਲ ਪੰਜਾਬ ਦੇ ਵਿੱਚ ਅਕਾਲੀਆਂ ਦੀ ਤੇ ਭਾਜਪਾ ਦੀ ਹਕੂਮਤ ਰਹੀ ਆ ਬਿਲਕੁਲ ਬਾਦਲਾ ਨੇ ਉਹਨਾਂ ਦਸਾਂ ਸਾਲਾਂ ਚ ਉਹ ਖਜ਼ਾਨਾ ਵਾਪਸ ਲੈਣ ਲਈ ਕੀ ਕੀਤਾ ਉਹ ਦੱਸਿਆ ਜਾਵੇ ਜੀ ਸ਼ਾਇਦ ਬਾਦਲਾ ਕੋਲ ਕੋਈ ਜਵਾਬ ਨਹੀਂ ਇਹਦਾ ਉਸ ਪਿੱਛੋਂ ਕਹਿੰਦੇ ਪੇ ਹੁਣ ਪਿਹੜੀ ਜਿਨ੍ਹਾਂ ਦੇ ਨਾਲ 25-26 ਸਾਲਾਂ ਦੀ ਕੀ 22 ਸਾਲਾਂ ਦੀ ਇਹ ਦੱਸਦੇ ਨੇ ਬਾਦਲ ਪਈ ਅਸੀਂ ਉਹ ਤੋੜ ਲਈ ਆ ਉਹ ਦੂਜੀ ਵਾਰੀ ਉਹਨਾਂ ਦੀ ਕੇਂਦਰ ਸਰਕਾਰ ਬਣੀ ਆ ਇਹਨਾਂ ਨੇ ਕਦੋਂ ਉਹਨਾਂ ਨੂੰ ਜਾ ਕੇ ਕਿਹਾ ਵੇ ਭਾਈ ਉਹ ਖਜ਼ਾਨੇ ਸਾਨੂੰ ਦੇ ਦਿਓ ਉਦਲਿਤ ਕੋ ਲੰਬੀ ਚੌੜੀ ਕਾਰਵਾਈ ਦੀ ਲੋੜ ਨਹੀਂ ਨਾ ਜਦ ਸਰਕਾਰ ਹੀ ਆਪਣੀਆਂ ਜਦਾਂ ਕਹਿੰਦੇ ਹੁੰਦੇ ਆ ਵੀ ਮੀਆਂ ਸਾਡੇ कोतवाल ਮੀਆਂ ਭਾਈ कोतवाल ਇੱਕ ਖਾਬਤ ਹੁੰਦੀ ਜਾਂਦੀ ਅੱਡਰ ਕਾਹੇ ਦਾ ਚਲੋ ਉੱਥੇ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਵੀ ਆਪਣੇ कोतवाल ਨੂੰ ਇਹ ਤਾਂ ਕਹਿ ਸਕਦੇ ਸੀਗੇ ਵੀ ਭਾਈ ਲਿਆਓ ਖਜ਼ਾਨਾ ਲਿਆਓ ਬਿਲਕੁਲ ਠੀਕ ਹੈ ਉਹਨਾਂ ਨੇ ਤਾਂ ਕੇਂਦਰ ਸਰਕਾਰ ਨੇ ਤਾਂ ਇਹੋ ਜਿਹੇ ਫੜਾ ਵੀ ਮਾਰੀਆਂ ਗਈਆਂ ਵੀ ਜਿਹੜਾ ਕਾਲਾ ਧਾਨ ਆ ਵਿਦੇਸ਼ੀ ਬੈਂਕਾਂ ਚ ਪਿਆ ਖਾਸ ਕਰਕੇ ਸਵਿਟਸ ਬੈਂਕਾਂ ਦੇ ਵਿੱਚ ਉਹ ਵੀ ਵਾਪਸ ਲਿਆਵਾਂਗੇ 10 ਸਾਲਾਂ ਚ ਉਹ ਤਾਂ ਅਜੇ ਤੱਕ ਆਇਆ ਨਹੀਂ ਠੀਕ ਆ ਜਿਹੜੇ ਵੱਡੇ ਵੱਡੇ ਕੱਪੜੇ ਕਰ ਗਏ ਉਹ ਬਾਹਰ ਬੈਠੇ ਨੇ ਠੀਕ ਆ ਉਹਨਾਂ ਨੂੰ ਵੀ ਵਾਪਸ ਸੱਦਿਆ ਗਿਆ ਮਾੜਾ ਮੋਟਾ ਕੋ ਅਪਰਾਧੀ ਹੁੰਦਾ ਨਾ ਤੇ ਇੰਟਰਪੋਲ ਉਹ ਰੈਡ ਅਲਰਟ ਜਾਰੀ ਕਰ ਦਿੰਦੇ ਆ ਉਹਨਾਂ ਦਾ ਫੜ ਕੇ ਲੈ ਆਉਂਦੇ ਆ ਠੀਕ ਆ ਇਹ ਜਿਹੜੇ ਕਰੋੜਾਂ ਅਰਬਾਂ ਦੇ ਕੱਪੜੇ ਕਰਕੇ ਬੈਠੇ ਆ ਉਹ ਵੀ ਹਾਈ ਤੱਕ ਲੈ ਜਾਂਦੇ ਆ ਅਗਲੀ ਗਾ ਸੋ ਉਹਨਾਂ ਨੇ ਭਾਈ ਰਣਜੀਤ ਸਿੰਘ ਉਹਨਾਂ ਨੇ ਹੁਣ ਉਹਨਾਂ ਨੂੰ ਇੱਕ ਤਰ੍ਹਾਂ ਦਾ ਕਟਾਰੇ 'ਚ ਖੜਾ ਕੀਤਾ ਆ ਉਹ ਕੁਛ ਨਾ ਵੀ ਕਰਨ ਤੇ ਘਟੋ ਘਟ ਲੋਕਾਂ ਚ ਸਿੱਖ ਸੰਗਤਾਂ ਚ ਇੱਕ ਗੱਲ ਤਾਂ ਜਾਏਗੀ ਨਾ ਵੀ ਇਹ ਕਿਵੇਂ ਕਾਬਜ ਨੇ ਇਹੋ ਜੀਆਂ ਸੰਸਥਾਵਾਂ ਤੇ ਲੋਕ ਸਤੀ ਸਾਹਿਬ ਇੱਕ ਸੁਣਨ ਚ ਗੱਲ ਇਹ ਆਉਂਦੀ ਹੈ ਜਿਹੜੀ ਮਤਲਬ ਹਾਲੇ ਤੱਕ ਉਹਦਾ ਕੋਈ ਪੁਖਤਾ ਸਬੂਤ ਤੇ ਹੈ ਨਹੀਂ ਜੀ ਪਰ ਸੁਣਨ ਚ ਇਹ ਆਉਂਦੀ ਹੈ ਵੀ ਕੁਝ ਪਾਵਰਫੁਲ ਲੋਕਾਂ ਨੇ ਉਹ ਲੈ ਕੇ ਆਪਣੇ ਸਾਹਮਲੇ ਆ ਜੀ ਤੇ ਕੱਲ ਨੂੰ ਹੋ ਸਕਦਾ ਇਹ ਨਿਲਾਮੀਆਂ ਵੀ ਹੋਣ ਜਿੱਦਾਂ ਕਿ ਸਾਡੇ ਪੁਰਾਣੇ ਕੁਝ ਜਿਹੜੇ ਸਿੱਖ ਵਿਰਾਸਤ ਦੀਆਂ ਚੀਜ਼ਾਂ ਆ ਬਾਹਰਲੇ ਦੇਸ਼ਾਂ ਦਾ ਸੀ ਨਿਲਾਮੀਆਂ ਗੱਲਾਂ ਸੋ ਬਿਲਕੁਲ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆਉਣ ਵਾਲੇ ਸਮੇਂ 'ਚ ਇਦਾਂ ਵੀ ਹੋ ਸਕਦਾ ਹੈਗਾ ਹਨਾ ਸੋ ਫਿਰ ਇਹ ਇਤਿਹਾਸ ਬਣ ਜਾਂਦਾ ਹੈਗਾ ਜਿਵੇਂ ਹੁਣ ਆਪਾਂ ਪੜ੍ਹਦੇ ਆਂ ਕਿ ਚੀਜ਼ਾਂ ਇੱਥੋਂ ਚੋਰੀ ਹੁੰਦੀਆਂ ਨੇ ਬ੍ਰਿਟਿਸ਼ ਮਿਊਜ਼ੀਅਮ 'ਚ ਪਈਆਂ ਨੇ ਹਨਾ ਜੀ ਤਾਂ ਉਹ ਪੈਰਿਸ ਦੇ ਵਿੱਚ ਨਿਲਾਮੀ ਹੋਣ ਰਹੀ ਆ ਹਨਾ ਸੋ ਇਸ ਤਰ੍ਹਾਂ ਦੀ ਕਿਸੇ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਠੀਕ ਆ ਇੱਕ ਗੱਲ ਹੋਰ ਜਿਹੜੀ ਪਿੱਛੇ ਜਿਹੇ ਵੈਸਟ ਬੰਗਾਲ ਦੇ ਵਿੱਚ ਇੱਕ ਸਰਦਾਰ ਦੀ ਪੱਗ ਉਤਰ ਗਈ ਉਹ ਭਾਜਪਾ ਦੇ ਹੱਕ ਚ ਕੁਝ ਕਰ ਰਿਹਾ ਸੀ ਸਰਦਾਰ ਦੀ ਪੱਗ ਉਤਰ ਗਈ ਪੂਰੇ ਪੰਜਾਬ ਦੇ ਵਿੱਚ ਕੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹੋ ਐਸਜੀਪੀਸੀ ਆ ਸਭ ਨੇ ਰੋਲੀ ਪਾਈ ਬਿਲਕੁਲ ਹਨਾ ਬਿਲਕੁਲ ਤੇ ਇੱਕ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹਦੇ ਪ੍ਰੀਮਿਸਸਿਸ ਦੇ ਅੰਦਰ ਜੀ ਐਸਜੀਪੀਸੀ ਦੀ ਟਾਸਕ ਫੋਰਸ ਨੇ ਪੱਗ ਲਈ ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਉਹ ਵੀ ਇੱਕ ਨਿਹੰਗ ਸਿੰਘ ਨਿਹੰਗ ਸਿੰਘ ਦੀ ਆ ਬਜ਼ੁਰਗ ਨਿਹੰਗ ਸਿੰਘ ਆ ਬਡੇਰੀ ਉਮਰ ਦਾ ਸੀਗਾ ਜੀ ਤੇ ਉਦੋਂ ਨਹੀਂ ਰੌਲੀ ਪੈਂਦੀ ਤੇ ਠੀਕ ਹੈ ਜਦੋਂ ਇਹਨਾਂ ਦੇ ਮਤਲਬ ਅਕਾਲੀਆਂ ਦੇ ਲੀਡਰ ਅਕਾਲੀਆਂ ਦੇ ਮੰਤਰੀ ਜੀ ਸਿਕੰਦਰ ਸਿੰਘ ਮਲੂਕਾ ਵਰਗੇ ਅਧਿਆਪਕਾਂਵਾਂ ਦੀਆਂ ਗੁੱਤਾਂ ਪੁੱਟਦੇ ਨੇ ਉਦੋਂ ਨਹੀਂ ਰੌਲਾ ਉਦੋਂ ਰੌਲੀ ਨਹੀਂ ਪੈਂਦੀ ਜੀ ਇੱਕ ਬੰਬੇ ਹਾਈ ਕੋਰਟ ਨੇ ਜਿਹੜੇ ਆਪਣੇ ਸ਼੍ਰੀ ਬਰਬਰਾ rau ਆ ਉਹਦੀ ਜ਼ਮਾਨਤ ਤੇ ਕੋਈ ਗੱਲ ਕੀਤੀ ਹੈ ਹਾਂਜੀ ਉਹ ਇਦਾਂ ਆ ਭਈ ਸੁਪਰੀਮ ਕੋਰਟ ਨੇ 17 ਸਤੰਬਰ ਤੋਂ ਇੱਕ ਅਰਜੀ ਬੰਬੇ ਹਾਈ ਕੋਰਟ ਚ ਪਈ ਆ ਜਿਹੜੇ ਬਰਬਰਾ ਰਾਓ ਤੇਲਗੂ ਦੇ ਬੜੇ ਨਾਮਵਰ ਪੂਰੀ ਦੁਨੀਆ ਚ ਪ੍ਰਸਿੱਧ ਲੇਖਕ ਨੇ ਕਵੀ ਨੇ ਬਿਲਕੁਲ ਹੈ ਉਹ ਪੀ ਮਤਲਬ ਪੀਮਾ ਕੋਰੇਗਾਉਂ ਕੇਸ ਦੇ ਵਿੱਚ ਉਹ ਉਹਨਾਂ ਨੂੰ ਅੰਦਰ ਕੀਤਾ ਅੰਦਰ ਕੀਤਾ ਹੋਇਆ ਬਿਲਕੁਲ ਕੀਤਾ ਹੋਇਆ 17 ਸਤੰਬਰ ਦੀ ਉਹਨਾਂ ਦੀ ਵਾਈਫ ਨੇ ਬੰਬੇ ਹਾਈ ਕੋਰਟ ਦੇ ਵਿੱਚ ਅਰਜੀ ਲਾਈ ਹੋਈ ਹੈ ਉਹਨਾਂ ਦੀ ਜ਼ਮਾਨਤ ਦੀ ਉਹਨਾਂ ਦੇ ਸੇਧ ਦਾ ਨਿੱਗਰ ਦੀ ਜਾਂਦੀ ਸੇਧ ਦਾ ਹਵਾਲਾ ਦੇ ਕੇ ਜੀ ਉਹਦੇ ਤੇ ਅੱਜ ਤੱਕ ਸੁਣਵਾਈ ਨਹੀਂ ਹੋਈ ਜੀ ਤੁਸੀਂ ਦੇਖੋ ਵੀ ਮਤਲਬ 17 ਸਤੰਬਰ ਤੋਂ 2 ਮਹੀਨੇ ਹੋ ਜਾਣੇ ਹਨ ਮਤਲਬ 1.5 ਮਹੀਨਾ ਤਾਂ ਹੋ ਹੀ ਗਿਆ ਤੇ ਅੱਜ ਤੱਕ ਜਿਹੜਾ ਜਿਹੜਾ ਬੰਦਾ ਬਿਮਾਰ ਹੋਵੇ ਕੋ ਮੰਤਰੀ ਪ੍ਰਸਿੱਧੀ ਜੇ ਨੂੰ ਹਾਸਲ ਹੋਵੇ ਔਰ ਉਮਰ ਵੀ ਕਾਫੀ ਹੈ ਉਮਰ ਵੀ ਜੇ ਦੀ ਬਡੇਰੀ ਹੋਵੇ ਤਾਂ ਉਹ ਜੇ ਅਦਾਲਤਾਂ ਉਹਨਾਂ ਪ੍ਰਤੀ ਇਦਾਂ ਦਾ ਰੁਖ ਰੱਖਦੀਆਂ ਤੇ ਆਮ ਬੰਦੇ ਦਾ ਉੱਥੇ ਕੀ ਮਾਦਣਾ ਜੀ ਜੀ ਸੋ ਹੁਣ ਸੁਪਰੀਮ ਕੋਰਟ ਨੇ ਕਈ ਵਾਰੀ ਲੱਗਦਾ ਹੁੰਦਾ ਪਈ ਜਿਹੜੀ ਸਾਡੀ ਐਪੈਕਸ ਕੋਰਟ ਆ ਨਾ ਕਈ ਵਾਰੀ ਥੱਲੇ ਇਹੋ ਜਿਹੇ ਫੈਸਲੇ ਹੋ ਜਾਂਦੇ ਆ ਫਿਰ ਜਦੋਂ ਉੱਪਰੋਂ ਉਲਟ ਫੈਸਲੇ ਆਉਂਦੇ ਨੇ ਹੇਟਲੇ ਫੈਸਲਾ ਦੇ ਖਿਲਾਫ ਤਾਂ ਕਈ ਵਾਰੀ ਬੰਦੇ ਦਾ ਨਿਆਪ ਪ੍ਰਣਾਲੀ ਵਿੱਚ ਜਿਹੜਾ ਵਿਸ਼ਵਾਸ ਆ ਪੱਜ ਜਾਂਦਾ ਦੁਬਾਰਾ ਬਹਾਲ ਹੋ ਜਾਂਦਾ ਜੀ ਸੋ ਹੁਣ ਸੁਪਰੀਮ ਕੋਰਟ ਨੇ ਜੋ ਕਿਹਾ ਵੀ ਉਹਦੇ ਤੇ ਫੌਰੀ ਸੁਣਵਾਈ ਕਰੋ ਉਹ ਸੁਪਰੀਮ ਕੋਰਟ ਨੂੰ ਆਦੇਸ਼ ਦੇਣੇ ਪੈਣ ਠੀਕ ਹੈ ਬੰਬੇ ਹਾਈ ਕੋਰਟ ਨੂੰ ਇਹ ਗੱਲ ਵੀ ਵਿਚਾਰਨ ਵਾਲੀ ਗੱਲ ਹੈਗੀ ਆ ਜੀ ਜੀ ਸੋ ਹੁਣ ਉਹਨਾਂ ਨੇ ਕਿਹਾ ਵੀ ਸਭ ਤੋਂ ਪਹਿਲਾਂ ਉਹਨਾਂ ਦੀ ਜਮਾਨਤ ਅਰਜੀ ਜਿਹੜੀ ਆ ਉਹ ਨਿਪਟਾਈ ਜਾਵੇ ਅੱਛਾ ਇੱਕ ਇੱਥੇ ਦੀ ਬੰਬੇ ਹਾਈ ਕੋਰਟ ਦੀ ਇੱਕ ਗੱਲ ਹੋਰ ਆਪਾਂ ਕਰ ਲੈਂਦੇ ਆ ਆਪਾਂ ਨੂੰ ਜੋ ਪਤਾ ਆ ਪਏ ਪੂਰੇ ਭਾਰਤ ਦੇ ਵਿੱਚ ਜਿਹੜਾ ਮੀਡੀਆ ਆ ਉਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਰੋਜ਼ ਹੁੰਦੀਆਂ ਜੀ ਬਈ ਸੱਤਾ ਤੇ ਜਿਹੜੀ ਹੈਗੀ ਇਸ ਵੇਲੇ ਰਾਜ ਕਰ ਰਹੀ ਆ ਜੀ ਉਹਨੇ ਕਿਦਾਂ মিডিਆ ਨੂੰ ਆਪਣੇ ਹੱਕ ਵਿੱਚ ਕੀਤਾ ਹੋਇਆ ਔਰ ਕਿਦਾਂ মিডিਆ ਉਹਨਾਂ ਦਾ ਵਾਜਾ ਬੁਜਾ ਰਿਹਾ ਹਾਂਜੀ ਔਰ ਬਹੁਤ ਸਾਰੀਆਂ ਉਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਜਿਨ੍ਹਾਂ ਦੇ ਉੱਤੇ ਗੱਲ ਕਰਨੀ ਬਹੁਤ ਜ਼ਰੂਰੀ ਆ ਹਾਂਜੀ ਤੇ ਉਹਦੇ ਬਾਰੇ ਵੀ ਬੰਬੇ ਹਾਈ ਕੋਰਟ ਨੇ ਕੋਈ ਫੈਸਲਾ ਦਿੱਤਾ ਵੀ মিডিਆ ਆਪਣੇ ਲੈਵਲ ਤੇ ਕੁਝ ਕਰੀ ਜਾ ਰਿਹਾ ਹਾਂਜੀ ਬਲਕਿ ਇਹ ਜਿਹੜਾ ਫੈਸਲਾ ਹੈ ਤੇਜਪਾਲ ਜੀ ਇਹ ਬੜਾ ਫੈਸਲਾ ਨਹੀਂ ਇੱਕ ਹੁਕਮ ਦਿੱਤਾ ਕੇਂਦਰ ਸਰਕਾਰ ਨੂੰ ਵੀ 6 ਤੱਕ ਜਵਾਬ ਦੇਵੋ ਇਸ ਗੱਲ ਦਾ ਪੇ ਜਿਹੜਾ মিডিਆ ਟਰਾਇਲ ਹੁੰਦਾ ਅਦਾਲਤ ਵਿੱਚ ਕੋਈ ਮਸਲਾ ਚੱਲ ਰਿਹਾ ਉਹਦਾ মিডিਆ ਟਰਾਇਲ ਨਾਲੋਂ ਨਾਲ ਚੱਲ ਰਿਹਾ ਕੀ ਇਹ ਨਿਆ ਪ੍ਰਸ਼ਾਸਨ ਜਿਹੜਾ ਆ ਉਹਦੇ ਵਿੱਚ ਅੜਿੱਕਾ ਡਾਉਣ ਦੇ ਤੁਲ ਨਹੀਂ ਬੰਬੇ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਜੀ ਪੇ ਕਿਉਂ ਨਾ ਉਹ ਉਹਨੂੰ ਮਤਲਬ ਜਿਹੜੀ ਅਦਾਲਤ ਦੀ ਮਾਨਹਾਨੀ ਵਜੋਂ ਲਿਆ ਜਾਵੇ ਸੋ ਹੁਣ ਕੇਂਦਰ ਸਰਕਾਰ 6 ਤੱਕ ਜਵਾਬ ਦੇਵੇਗੀ ਹੁੰਦਾ ਕੀ ਆ ਵੀ ਜਿਹੜਾ ਜਿਹਨੂੰ ਗੋਦੀ মিডিਆ ਅੱਜ ਕੱਲ ਉਹਦੇ ਲਈ ਪਪੂਲਰ ਟਰਮ ਵਰਤੀ ਜਾ ਰਹੀ ਆ ਮਤਲਬ ਪੂਰੇ ਦੇਸ਼ ਦੇ ਵਿੱਚ ਉਹ ਜਿਹੜਾ ਕੇਂਦਰੀ ਹਕੂਮਤ ਦਾ ਝੋਲੀ ਚੁੱਕ ਮੀਡੀਆ ਆ ਠੀਕ ਹੈ ਜਾਂ ਹਕੂਮਤਾਂ ਦਾ ਝੋਲੀ ਚੁੱਕ ਮੀਡੀਆ ਆ ਆਪਾਂ ਕਹਿ ਸਕਦੇ ਆ ਉਹ ਹਰ ਮਸਲੇ ਨੂੰ ਆਪਣੇ ਪੱਧਰ ਤੇ ਮਤਲਬ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਅਦਾਲਤਾਂ ਕਾਦੇ ਲਈ ਨੇ ਜੱਜ ਸਹਿਬਾਨ ਕਾਦੇ ਲਈ ਨੇ ਸੋ ਇਹ ਜਿਹੜਾ ਹੈਗਾ ਜਿਹੜਾ ਕੱਲ ਵਾਲਾ ਹੁਕਮ ਹੈ ਨਾ ਬੰਬੇ ਹਾਈ ਕੋਰਟ ਦਾ ਉਹਨੂੰ ਬੜਾ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਭਈ ਆਇਆ ਟਰਾਇਲ ਜਿਹੜਾ ਮੀਡੀਆ 'ਚ ਚੱਲਣਾ ਜਾਂ ਉਹ ਅਦਾਲਤ ਦੇ ਕਮਰੇ 'ਚ ਚੱਲਣਾ ਠੀਕ ਆ ਹੁਣ ਆਪਾਂ ਵਾਪਸ ਆ ਜਾਈਏ ਪੰਜਾਬ ਜੀ ਕਾਂਗਰਸ ਜੀ ਇਹਨਾਂ ਨੇ ਜਾਗਰੂਕਤਾ ਰੈਲੀਆਂ ਸ਼ੁਰੂ ਕੀਤੀਆਂ ਹਾਂਜੀ ਕੀ ਗੱਲ ਕਰ ਬਾਤ ਕਰ ਰਿਹਾ ਉਹਦੇ ਵਿੱਚ ਆਪਣੇ ਪ੍ਰਧਾਨ ਕਰ ਰਹੇ ਨੇ ਸ਼ਾਇਦ ਸੁਨੀਲ ਲਖਰ ਜੀ ਇੰਨਾ ਆ ਪੀ ਤੇ ਪਾਲੀ ਜਿੱਦਾਂ ਭਾਜਪਾ ਲੋਕਾਂ ਨੂੰ ਸਮਝਾ ਰਹੀ ਆ ਕਿਸਾਨਾਂ ਮਜ਼ਦੂਰਾਂ ਨੂੰ ਜੀ ਜੀ ਠੀਕ ਐ ਸ਼ਹਿਰੀਆਂ ਨੂੰ ਪਿੰਡੂਆਂ ਨੂੰ ਵੀ ਭਾਈ ਜਿਹੜੇ ਕੇਂਦਰੀ ਖੇਤੀ ਕਾਨੂੰਨ ਨੇ ਉਹ ਤੁਹਾਡੇ ਹੱਕ ਚ ਆ ਹੱਕ ਚ ਠੀਕ ਐ ਸੋ ਜਿਹੜਾ ਸਦੀਆਂ ਦਾ ਸਿਸਟਮ ਆ ਉਹਨੂੰ ਹੁਣ ਜਿਹੜੀ ਕੇਂਦਰੀ ਹਕੂਮਤ ਆ ਇਸ ਕਰਕੇ ਬਦਲ ਰਹੀ ਆ ਵੀ ਪਹਿਲਾਂ ਤੁਸੀਂ ਲੁੱਟੇ-ਪੁੱਟੇ ਜਾ ਰਹੇ ਸੀ ਜੀ ਜੀ ਠੀਕ ਐ ਇਦਾਂ ਹੀ ਹੁਣ ਪਾਵੇਂ ਉਹ ਹੋ ਕਿਉਂਕਿ ਚੂਣਾ ਸਿਰਤੇ ਨੇ ਜੀ ਠੀਕ ਹੈ 22 ਦੇ ਵਿੱਚ ਵਿਧਾਨ ਸਭਾ ਚੂਣਾ ਹੋਣੀਆਂ ਨੇ ਚਾਹੇ ਉਹਨੂੰ ਚੂਣ ਸਟੰਟ ਕਹਿ ਲਿਆ ਜਾਵੇ ਜਾਂ ਦੇਖੋ ਹਰ ਗੱਲ ਨੂੰ ਆਪਾਂ ਚੂਣ ਸਟੰਟ ਨਾਲ ਵੀ ਨਹੀਂ ਜੋੜ ਸਕਦੇ ਕਈ ਵਾਰੀ ਜਿਹੜੀਆਂ ਗੁੱਡਵਿਲ ਬਣਾਉਣ ਲਈ ਵੀ ਚਾਹੇ ਉਹ ਚੂਣਾ ਦੇ ਮੱਦੇ ਨਜ਼ਰ ਹੀ ਗੁੱਡਵਿਲ ਮਤਲਬ ਜਿਹੜੀ ਬਿਲਕੁਲ ਬਣਾਉਣੀ ਪਵੇ ਬਣਾਉਣੀ ਪਵੇ ਅ ਅੱਜ ਕੱਲ੍ਹ ਕਾਂਗਰਸ ਸਰਕਾਰ ਜਾਗਰੂਕਤਾ ਸੁਭਾਵਾਂ ਕਰ ਰਹੀ ਆ ਕੱਲ ਬਹੁਤ ਵੱਡਾ ਇਕੱਠ ਹੋਇਆ ਜੀ ਬਰਿੰਦਰ ਮੀਤ ਪਾੜਾ ਹੋਰੀ ਗਰਦਾਸਪੁਰ ਦੇ ਵਿੱਚ ਉਥੋਂ ਵਿਧਾਇਕ ਨੇ ਲੋਕਲ ਉਹਨਾਂ ਦੀ ਉਹਨਾਂ ਦੀ ਪ੍ਰਧਾਨਗੀ ਇਸ ਜਾਨੀ ਕੀ ਹੋਇਆ ਪਰ ਉਹਦੇ ਵਿੱਚ ਅਰੁਣਾ ਚੌਧਰੀ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਪੁੱਜੇ ਨੇ ਤਾ ਹੁਣ ਉਹ ਲੋਕਾਂ ਨੂੰ ਸਮਝਾ ਰਹੇ ਵੀ ਕਿਦਾਂ ਇਹ ਜਿਹੜੇ ਕੇਂਦਰੀ ਕਾਨੂੰਨ ਆ ਤੁਹਾਡੇ ਲਈ ਮਾਰੂ ਨੇ ਜੀ ਠੀਕ ਐ ਸੋ ਕਿਦਾਂ ਕਾਰਪੋਰੇਟ ਦੇ ਪੰਜੇ ਤੁਹਾਡੇ ਗਾਹ ਤੱਕ ਪੁੱਜਣੇ ਨੇ ਜੀ ਜੀ ਤੇ ਉਹਦੇ ਵਿੱਚ ਜਿਹੜਾ ਕੱਲ ਜਾਖੜ ਸਾਹਿਬ ਨੇ ਪਤਾ ਕੀ ਕਿਹਾ ਉਹ ਕਹਿੰਦੇ ਵੀ ਅਸੀਂ ਕੇਂਦਰ ਦੇ ਜਿਹੜਾ ੱਟਕਾ ਆ ਨਾ ਸਾਡੇ ਨਾਲ ਹੋ ਰਿਹਾ ਉਹਦਾ ਟਕਰਾ ਕਰਨ ਦੇ ਸਮਰੱਥ ਹੈਗੇ ਆ ਸਾ ਠੀਕ ਐ ਤੇ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਸੋ ਇਹੋ ਜਿਹੀ ਤਿੱਖੀ ਬਿਆਨਬਾਜ਼ੀ ਵੀ ਕੱਲ ਹੋਈ ਆ ਠੀਕ ਆ ਜੀ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਅਗਲੇ ਪ੍ਰੋਗਰਾਮ ਚ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤੀ ਸਾਹਿਬ ਧੰਨਵਾਦ ਜੀ ਜੀ ਧੰਨਵਾਦ ਤੁਹਾਡਾ ਵੀ ਤੇਜਪਾਲ ਜੀ